ਸਲੋਕ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਹੁ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ ਧੇਮਨ ਕੋ ਏਕੈ ਭਗਵਾਨ ਜਿਸ ਕੈ ਦੀਐ ਰਹਿ ਅਘਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ ਮਾਰੈ ਰਾਖੈ ਏਕੋ ਆਪ ਮਾਨੁਖ ਕੈ ਕਿਛੁ ਨਾਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਏ ਸਿਮਰ 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 ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਰਹਿ ਜੀਓ ਨੈਣੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਰੋ ਮਾਰਗ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸ਼ਰਮਨ ਹਰ ਕਥਾ ਹਰ ਦਰਗਾਹ ਨਾਨਕ ਊਜਲ ਮਥਾ ਬੜ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਇਤ ਉਤ ਕੀ ਓ ਸੋਜੀ ਜਾਨੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਨਿਆ ਗੁਰਪ੍ਰਸਾਦ ਆਪਣਾ ਆਪ ਸੁਜੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਵ ਰੋਗ ਤੇ ਓ ਹਰ ਜਨ ਰਹਿਤ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਂਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨ ਲਾਗੈ ਦੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਉਪਦੇਸ਼ ਸਾਡੇ ਜੀਵਨ ਲਈ ਕਿਤਨਾ ਸੁਖਦਾਈ ਹੈ। ਇਸੇ ਲਈ ਪਾਤਸ਼ਾਹ ਨੇ ਬਾਣੀ ਦੀ ਮਹਿਮਾ ਕਰਦੇ ਸਾਨੂੰ ਪ੍ਰੇਰਨਾ ਕੀਤੀ ਹੈ। ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ। ਹੇ ਭਾਈ ਗੁਰਬਾਣੀ ਨੂੰ ਗਾਉਣਾ ਕਰੀ, ਗੁਰਬਾਣੀ ਨੂੰ ਗਾਉਣਾ ਸਫਲ ਹੈ, ਸ਼ੁਭ ਗੁਣਾਂ ਦਾ ਫਲ ਦੇਣ ਵਾਲਾ ਹੈ ਔਰ ਸਦਾ ਸੁਖਦਾਈ ਹੈ। ਐਸੀ ਜੀਵਨ ਜਾਚ ਸਿਖਾਉਂਦਾ ਹੈ ਗੁਰਬਾਣੀ ਦਾ ਉਪਦੇਸ਼, ਜਿਸ ਨੂੰ ਜੀ ਕੇ ਅਸੀਂ ਹਰ ਹਾਲਤ ਵਿੱਚ ਸੁਖੀ ਰਹਿ ਸਕਦੇ। ਪਰ ਗੁਰਬਾਣੀ ਦੇ ਉਪਦੇਸ਼ ਨੂੰ ਸੁਣਨ ਅਤੇ ਮੰਨਣ ਵਾਸਤੇ ਕੀ ਕਰਨਾ ਪਵੇਗਾ?
ਤਜੋ ਸਿਆਣਪ ਸੁਰਜਨ। ਹੇ ਆਪਣੇ ਆਪ ਨੂੰ ਭਲੇ ਖੋਣ ਵਾਲੇ ਹੋ, ਭਲੇ ਬਣਨ ਦੀ ਇੱਛਾ ਰੱਖਣ ਵਾਲੇ ਹੋ, ਤਜੋ ਸਿਆਣਪ। ਹੁਣ ਲੋਕ ਕਹਿੰਦੇ ਜੀ ਸਿਆਣਪ ਛੱਡਦੀ, ਹਾਂ ਇਹ ਜਿਹੜੀ ਚਤੁਰਾਈ ਹੈ ਨਾ, ਇਹ ਜਿਹੜੀ ਅਕਲ ਦਾ ਮਾਣ ਕਰਨਾ ਹੈ, ਇਹ ਛੱਡ ਦਿਓ, ਸਰਲ ਹੋ ਜਾਓ। ਕਿਉਂਕਿ ਜਿਹੜੇ ਚਤੁਰ ਚਲਾਕ ਬੰਦੇ ਨੇ ਉਹਨਾਂ ਦੇ ਅੰਦਰ ਇੱਕ ਅਜੀਬ ਤਰ੍ਹਾਂ ਦੀ ਈਗੋ ਹੁੰਦੀ, ਹਉਮੈ ਹੁੰਦੀ, ਅਸੀਂ ਕਿਸੇ ਤੋਂ ਘੱਟ ਹਾਂ, ਅਸੀਂ ਕਿਸੇ ਦੀ ਗੱਲ ਮੰਨ ਲਈਏ, ਨਹੀਂ ਨਹੀਂ ਅਸੀਂ ਮੰਨਣ ਸਿੱਖੇ ਹੀ ਨਹੀਂ। ਕਹਿਣ ਦਾ ਮਤਲਬ ਇਹ ਕਿ ਉਹ ਜਿਹੜਾ ਸਿਆਣਪ ਦਾ ਮਾਣ ਹੈ ਉਹਨੂੰ ਛੱਡੋ। ਰੋਜ਼ ਆਨੰਦ ਸਾਹਿਬ 'ਚ ਪੜ੍ਹਦੇ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਅੱਜ ਸੰਸਾਰ ਵਿੱਚ ਰੌਲਾ ਹੀ ਇਸ ਗੱਲ ਦਾ ਕਿ ਲੋਕ ਆਪਣੀ ਸਿਆਣਪ ਛੱਡਣ ਲਈ ਤਿਆਰ ਨਹੀਂ। ਪਰ ਗੁਰਬਾਣੀ ਗੁਰੂ ਜੀ ਕਹਿੰਦੇ ਜੇ ਕੁਝ ਗ੍ਰਹਿਣ ਕਰਨਾ ਹੋਵੇ ਤਾਂ ਪਹਿਲਾਂ ਆਪਣੇ ਭਾਂਡੇ ਨੂੰ ਖਾਲੀ ਕਰਨਾ ਪੈਂਦਾ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਇੱਥੇ ਪਾਸ ਦੇ ਸਪੈਲਿੰਗ ਨੇ ਪੱਪੇ ਨੂੰ ਪਾਕ ਨਾ ਸੱਸੇ ਨੂੰ ਸਿਆਰੀ। ਲੋਕ ਅਰਥ ਕਰਦੇ ਨੇ ਕੋਲ, ਨਹੀਂ ਇੱਥੇ ਪਾਸ ਦਾ ਮਤਲਬ ਪਾਸੇ ਕਰ ਦਿਓ। ਜੋ ਕੁਝ ਪਹਿਲਾਂ ਆਪਣੇ ਹਿਰਦੇ ਰੂਪੀ ਭਾਂਡੇ ਵਿੱਚ ਭਰਿਆ ਹੋਇਆ ਕੱਢ ਦਿਓ। ਭਾਂਡਾ ਖਾਲੀ ਹੋਵੇਗਾ ਤਾਂ ਹੀ ਕੁਝ ਪਵੇਗਾ ਨਾ। ਤਜੋ ਸਿਆਣਪ ਸੁਰ ਜਨੋ। ਹੇ ਭਲੇ ਲੋਕੋ, ਹੇ ਸ੍ਰੇਸ਼ਟ ਜਨੋ, ਇਹ ਸਿਆਣਪ ਦਾ ਮਾਣ ਕਰਨਾ ਛੱਡ ਦਿਓ। ਸਿਮਰੋ ਹਰ ਹਰ ਰਾਏ, ਉਸ ਹਰੀ ਰਾਜੇ ਦਾ ਸਿਮਰਨ ਕਰਨਾ ਕਰੋ। ਦੇਖੋ ਅੱਜ ਬਹੁਤੇ ਗੁਰਸਿੱਖ ਸਿੱਖੀ ਰੂਪ ਵਿੱਚ ਵੀ ਮੈਂ ਦੇਖਦਾ ਹਾਂ ਨਿਤਨੇਮ ਨਹੀਂ ਕਰਦੇ। ਜੇ ਕਹੋ ਨਿਤਨੇਮ ਜ਼ਰੂਰੀ ਹੈ ਜੀ, ਅਰੇ ਭਾਈ ਜ਼ਰੂਰੀ ਤਾਂ ਹੈ ਪਰ ਤੁਸੀਂ ਮੰਨ ਨਹੀਂ ਰਹੇ। ਨਿਤਨੇਮ ਕਰਾਂਗੇ, ਬਾਣੀ ਪੜ੍ਹਾਂਗੇ, ਬਾਣੀ ਪੜ੍ਹਨ ਨਾਲ ਪਰਮਾਤਮਾ ਦੇ ਗੁਣਾਂ ਦਾ ਪਤਾ ਲੱਗੇਗਾ, ਸਾਡਾ ਮਨ ਭਟਕਦਾ ਹੋਇਆ ਜੁੜੇਗਾ। ਕਮਾਲ ਦੀ ਗੱਲ ਹੈ ਕਿ ਬਾਣੀ ਦਾ ਉਪਦੇਸ਼ ਜਿਨ੍ਹਾਂ ਲੋਕਾਂ ਨੇ ਸੁਣਿਆ ਮੰਨਿਆ ਅਤੇ ਜੀਵਨ ਵੀ ਧਾਰਨ ਕੀਤਾ, ਉਹ ਦੇਵਤੇ ਬਣ ਗਏ, ਗੁਰਮੁਖ ਬਣ ਗਏ, ਪੂਜਣ ਯੋਗ ਬਣ ਗਏ। ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ। ਮਨ ਦੇ ਨੰਨੇ ਨੂੰ ਸਿਆਰੀ ਹੈ, ਇੱਕ ਉੱਤੇ ਆਸ ਰੱਖੋ। ਇਸ ਇੱਕ ਗੱਲ ਵਿੱਚ ਹੀ ਕਿਤਨਾ ਕੁਝ ਲੁਕਿਆ ਹੋਇਆ। ਅੱਜ ਅਸੀਂ ਇੱਕ 'ਤੇ ਆਸ ਨਹੀਂ ਰੱਖ ਰਹੇ। ਧੀਆਂ ਕਿਉਂ ਦੁਖੀ ਹਨ? ਧੀਆਂ ਦੇ ਮਾਪੇ ਕਿਉਂ ਧੀਆਂ ਨੂੰ ਮਾਰਨ ਲਈ ਤਿਆਰ ਹੋ ਜਾਂਦੇ ਹਨ? ਕਿਉਂਕਿ ਧੀਆਂ ਦੇ ਜਦੋਂ ਅੱਗੇ ਜਾ ਕੇ ਸਹੁਰੇ ਘਰ ਵਿੱਚ ਉਹਨਾਂ ਨੂੰ ਦਾਜ ਤੋਂ ਦੁਖੀ ਕੀਤਾ ਜਾਂਦਾ, ਉਹਨਾਂ ਨੂੰ ਇਹ ਤਾਨੇ ਮਿਹਨੇ ਦਿੱਤੇ ਜਾਂਦੇ ਨੇ, ਤੂੰ ਲੈ ਕੇ ਕੀ ਆਈ ਹੈ? ਇਹ ਲੋਕ ਕੌਣ ਕਰਦੇ ਨੇ ਜਿਨ੍ਹਾਂ ਨੂੰ ਪਰਮਾਤਮਾ 'ਤੇ ਭਰੋਸਾ ਨਹੀਂ ਹੈ? ਮਹਾਰਾਜ ਕਹਿੰਦੇ ਨੇ ਏਕ ਆਸ ਹਰ ਮਨ ਰੱਖੋ, ਇੱਕ ਹਰੀ ਦੀ ਮਨ ਵਿੱਚ ਆਸ ਰੱਖੋ। ਅਸੀਂ ਬੰਦਿਆਂ ਦੇ ਦਿੱਤਿਆਂ ਨਹੀਂ ਰੱਜ ਸਕਦੇ, ਪਰਮਾਤਮਾ ਦੇ ਦਿੱਤਿਆਂ ਕੋਈ ਰੱਜ ਸਕਦਾ? ਨਾਨਕ ਦੁੱਖ ਭਰਮ ਬਹੁ ਜਾਏ। ਨਾਨਕ ਜੀ ਫਰਮਾਉਂਦੇ ਜੇ ਇਹਨਾਂ ਚਤੁਰਾਈਆਂ ਨੂੰ ਛੱਡ ਦਿਓ, ਇੱਕ ਪ੍ਰਭੂ ਦਾ ਸਿਮਰਨ ਕਰੋ, ਇੱਕ ਦੀ ਆਸ ਰੱਖੋ, ਗਰੰਟੀ ਹੈ ਤੁਹਾਡਾ ਦੁੱਖ ਭਰਮ ਬਹੁ ਜਾਏ, ਸਭ ਦੂਰ ਹੋ ਜਾਏ। ਅਸ਼ਪਦੀ ਮਾਨੁ ਕੀ ਟੇਕ, ਬ੍ਰਿਥੀ ਸਭ ਜਾਨ। ਅਸੀਂ ਮਨੁੱਖਾਂ ਦੀ ਟੇਕ ਲਾਈ ਬੈਠੇ ਔਰ ਮਨੁੱਖਾਂ ਦੇ ਦਰ ਦਰ 'ਤੇ ਜਾ ਕੇ ਅਸੀਂ ਨੱਕ ਕਸਾ ਰਹੇ ਹਾਂ। ਗੁਰਦੇਵ ਕੀ ਕਹਿ ਰਹੇ ਨੇ? ਮਾਨੁੱਖ ਕੀ ਟੇਕ, ਬ੍ਰਿਥੀ ਸਭ ਜਾਨ। ਇਹ ਮਨੁੱਖਾਂ ਦੀ ਟੇਕ ਐਵੇਂ ਫਜ਼ੂਲ ਹੈ, ਇਹ ਕੱਖ ਨਹੀਂ ਕਰ ਸਕਦੇ, ਇਹ ਬੇਫਾਇਦਾ। ਦੇਵਨ ਕੋ ਏਕ ਹੈ ਭਗਵਾਨ,
ਦੇਣ ਵਾਲਾ ਤਾਂ ਇੱਕ ਪਰਮੇਸ਼ੁਰ ਹੈ। ਜਿਸ ਕਹਿ ਦੀਏ ਰਹਿ ਅਗਾਏ, ਜਿਸਨੇ ਦਿੱਤਿਆਂ ਮਨੁੱਖ ਅਗਾਏ ਰੱਜ ਜਾਂਦਾ, ਸੰਤੁਸ਼ਟੀ ਆ ਜਾਂਦੀ। ਬਹੁਰ ਨ ਤਿਸਨਾ ਲਾਗੈ ਆਏ, ਫਿਰ ਤ੍ਰਿਸ਼ਨਾ ਆ ਕੇ ਚੰਬੜਦੀ ਨਹੀਂ, ਭਰੋਸਾ ਹੋ ਜਾਂਦਾ। ਬੇਅੰਤ ਲੋਕ ਪੁੱਛਦੇ ਨੇ, ਗਿਆਨੀ ਜੀ ਭੇਟਾ ਕੀ ਲਵੋਗੇ, ਤੁਹਾਡੀ ਕੀ ਭੇਟਾ ਹੈ? ਮੈਂ ਕਹਿੰਦਾ ਕੀ ਭੇਟਾ ਦਿਓ, ਮੇਰੇ ਮਾਲਕ ਨੇ ਸਭ ਕੁਝ ਦੇ ਦਿੱਤਾ ਹੈ, ਮੈਂ ਤੁਹਾਡੇ ਦਿੱਤਿਆਂ ਰੱਜ ਨਹੀਂ ਸਕਦਾ। ਲਓ ਇਸ ਸੰਤੁਸ਼ਟੀ ਵਿੱਚ ਕਿਤਨਾ ਆਨੰਦ ਹੈ। ਜਿਸ ਕਹਿ ਦੀਏ ਰਹਿ ਅਗਾਏ, ਬਹੁਰ ਨ ਤਿਸਨਾ ਲਾਗੈ ਆਏ, ਫਿਰ ਤ੍ਰਿਸ਼ਨਾ ਚੰਬੜਦੀ ਨਹੀਂ। ਜਿਸ ਨੇ ਨਿਸ਼ਚਾ ਆ ਜਾਏ ਕਿ ਮਾਰੇ ਰੱਖੈ ਇੱਕੋ ਆਪ, ਮਾਰਨ ਵਾਲਾ ਅਤੇ ਬਚਾਉਣ ਵਾਲਾ ਇੱਕ ਵਾਹਿਗੁਰੂ ਆਪ ਹੈ। ਮਾਨੁਖ ਕਹਿ ਕਿਛ ਨਾਈ ਹੱਥ, ਹੱਥ ਦੇ ਤੱਥੇ ਨੂੰ ਸਿਆਰੀ ਹੈ, ਮਨੁੱਖ ਦੇ ਹੱਥ ਵਿੱਚ ਕੁਝ ਵੀ ਨਹੀਂ। ਜਿਸਕਾ ਹੁਕਮ ਬੂਝ ਸੁਖ ਹੋਏ, ਉਸ ਮਾਲਕ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੇ ਨਾਲ, ਉਹਦਾ ਹੁਕਮ ਬੂਝ ਬੂਝ ਦੇ ਝੱਜੇ ਨੂੰ ਸਿਆਰੀ ਹੈ ਬੁੱਝ ਕੇ ਸੁੱਖ ਹੋਏ, ਸ਼ਾਂਤੀ ਆ ਜਾਏਗੀ, ਮਨ ਭਟਕਣਾ ਤੋਂ ਰਹਿਤ ਹੋ ਜਾਏਗਾ। ਇਸ ਲਈ ਤਿਸਕਾ ਨਾਮ ਰੱਖ ਕੰਠ ਪਰੋਏ, ਕੰਠ ਦੇ ਠੱਠੇ ਨੂੰ ਸਿਆਰੀ, ਕੰਠ ਵਿੱਚ ਗਲੇ ਵਿੱਚ ਪਰੋ ਕੇ ਰੱਖ। ਜਿਵੇਂ ਬੀਬੀਆਂ ਗਹਿਣੇ ਪਾਉਂਦੀਆਂ ਨੇ, ਉਹ ਗਲ ਵਿੱਚ ਪਾਉਣ ਵਾਲੇ ਗਹਿਣੇ ਗਲ 'ਚ ਹੀ ਪਾਉਂਦੀਆਂ ਨੇ, ਹੱਥਾਂ 'ਚ ਨਹੀਂ ਲਟਕਾਉਂਦੀਆਂ, ਹੋਰ ਕੰਨਾਂ ਨਾਲ ਨਹੀਂ ਲਟਕਾਉਂਦੀਆਂ, ਗਲ ਵਿੱਚ ਪਾਉਂਦੀਆਂ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਨੂੰ ਆਪਣੇ ਗਲੇ ਵਿੱਚ ਪਰੋ ਲੈ, ਭਾਵ ਹਰ ਵੇਲੇ ਜਪ, ਸਿਮਰ 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 ਪ੍ਰਭ ਸੋਏ, ਸਿਮਰ ਦੇ ਰਾਰੇ ਨੂੰ ਸਿਆਰੀ, ਸਿਮਰਨਾ ਕਰ ਸਿਮਰਨਾ ਕਰ ਸਿਮਰਨਾ ਕਰ। ਕਈ ਵਿਦਵਾਨ ਕਹਿੰਦੇ ਜੀ ਇਹ ਤਿੰਨ ਵਾਰੀ ਕਿਉਂ ਕਿਹਾ? ਬਾਈ ਮਨ ਕਰਕੇ ਵੀ ਸਿਮਰ, ਬੋਲਾਂ ਕਰਕੇ ਵੀ ਸਿਮਰ, ਕਰਮ ਕਰਕੇ ਵੀ ਸਿਮਰ। ਮਨ ਬਚ ਕਰਮ ਜਿਹਨੂੰ ਕਹਿੰਦੇ ਨਾ, ਤੂੰ ਮਤਲਬ ਕਹਿਣ ਤੋਂ ਹਰ ਵੇਲੇ ਉਹਨੂੰ ਯਾਦ ਰੱਖ, ਹਿਰਦੇ ਵਿੱਚ ਵੀ ਯਾਦ ਰੱਖ, ਮੂੰਹੋਂ ਬਾਣੀ ਬੋਲਣ ਲੱਗਿਆਂ ਬੋਲ ਕਰਦਿਆਂ ਤਾਂ ਵੀ ਯਾਦ ਰੱਖ, ਅਤੇ ਜਦੋਂ ਤੂੰ ਕਰਮ ਐਕਸ਼ਨ ਕਰਨਾ ਉਦੋਂ ਵੀ ਯਾਦ ਰੱਖ। ਸਿਮਰ 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 ਪ੍ਰਭ ਸੋਏ, ਨਾਨਕ ਵਿਘਨ ਨਾ ਲੱਗੇ ਕੋਈ। ਨਾਨਕ ਜੀ ਫਰਮਾਉਂਦੇ ਨੇ ਫਿਰ ਕੋਈ ਵਿਘਨ ਲੱਗੇਗਾ ਹੀ ਨਹੀਂ। ਅਤੇ ਇਹਦਾ ਤਰੀਕਾ ਕੀ ਹੈ? ਹਰ ਵੇਲੇ ਸਿਮਰਨ ਦਾ, ਉਸ ਤਤ ਮਨ ਮੈਂ ਕਾ ਨਿਰੰਕਾਰ, ਆਪਣੇ ਮਨ ਵਿੱਚ ਉਸਤਤ ਕਰ, ਕਿਸਤੀ ਕਰ, ਨਿਰੰਕਾਰ ਦੀ ਕਰ। ਗੁਰਦੇਵ ਤਾਂ ਗਰੰਟੀ ਦਿੰਦੇ ਨੇ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਜੇ ਨਮਸਕਾਰ ਕਰਨੀ ਤਾਂ ਪਰਮਾਤਮਾ ਨੂੰ ਕਰੋ, ਜੇ ਗੁਣ ਗਾਇਨ ਕਰਨੇ ਤਾਂ ਪਰਮਾਤਮਾ ਦੇ ਕਰੋ। ਅਸੀਂ ਬੰਦਿਆਂ ਦੀਆਂ ਖੁਸ਼ਾਮਦਾਂ ਕਰਦੇ ਹਾਂ, ਬੰਦਿਆਂ ਦੀਆਂ ਸਿਫਤਾਂ ਕਰਦੇ ਹਾਂ। ਗੁਰੂ ਸਾਹਿਬ ਕਹਿੰਦੇ ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਹੇ ਮੇਰੇ ਮਨ ਸਤ ਵਿਵਹਾਰ, ਇਹ ਗਿਣਤੀ ਦਾ ਸਤ ਨਹੀਂ ਹੈਗਾ, ਇਹ ਸਤ ਹੈ ਸੱਚਾ ਵਿਵਹਾਰ ਕਰ। ਅੰਦਰੋਂ ਵੀ ਤੂੰ ਸੱਚਾ ਰਹੋ, ਬਾਹਰੋਂ ਵੀ ਸੱਚਾ ਰਹੋ। ਇਹ ਨਾ ਹੋਵੇ ਕਿ ਅੰਦਰ ਕੁਝ ਹੋਰ ਅਤੇ ਬਾਹਰ ਕੁਝ ਹੋਰ। ਸੱਚਮੁੱਚ ਸੱਚ ਦਾ ਵਿਵਹਾਰ ਕੀਤਿਆਂ, ਸਿਆਣੇ ਬਜ਼ੁਰਗ ਕਹਿੰਦੇ ਨੇ ਸੱਚ ਬੋਲੋਗੇ ਤੁਹਾਨੂੰ ਕੋਈ ਚਿੰਤਾ ਨਹੀਂ, ਝੂਠ ਬੋਲੋਗੇ ਤੁਹਾਨੂੰ 100 ਝੂਠ ਬੋਲਣੇ ਪੈਣਗੇ। ਇੱਕ ਝੂਠ ਨੂੰ ਲੁਕਾਉਣ ਵਾਸਤੇ ਕਈ ਝੂਠ ਬੋਲਣੇ ਪੈਂਦੇ ਨੇ, ਅਤੇ ਜੇ ਸੱਚੀ ਬਾਤ ਕਰੋ ਤੁਹਾਨੂੰ ਕੋਈ ਚਿੰਤਾ ਹੀ ਨਹੀਂ, ਬਾਂਹ ਸਿਰ ਥੱਲੇ ਰੱਖ ਕੇ ਸੌਂ ਜਾਓ। ਉਸ ਤਦ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ। ਜੀਵਾ ਦੇ ਨਾਲ ਦੇਖੋ, ਪਰਮਾਤਮਾ ਨੇ ਸਾਨੂੰ ਗਿਆਨ ਇੰਦਰੀ ਦਿੱਤੇ ਨੇ, ਇਹਨਾਂ ਇੰਦਰੀਆਂ ਨਾਲ ਅਸੀਂ ਕਈ ਕੰਮ ਕਰਦੇ ਹਾਂ, ਜੀਵਾ ਨਾਲ ਬੋਲਦੇ ਹਾਂ। ਬੋਲ ਭੈੜੇ ਵੀ ਬੋਲੇ ਜਾਂਦੇ ਨੇ, ਚੰਗੇ ਵੀ ਬੋਲੇ ਜਾਂਦੇ। ਮਹਾਰਾਜ ਕਹਿੰਦੇ ਤੁਸੀਂ ਯਤਨ ਕਰੋ ਕਿ ਨਿਰਮਲ ਰਸਨਾ ਅੰਮ੍ਰਿਤ ਪੀਓ।
ਇਸ ਰਸਨਾ ਦੇ ਨਾਲ ਉਸ ਪਰਮਾਤਮਾ ਦੇ ਅੰਮ੍ਰਿਤ ਨਾਮ ਨਿਰਮਲ ਨਾਮ ਨੂੰ ਪੀਣਾ ਕਰੋ। ਸਦਾ ਸੁਹੇਲਾ ਕਰ ਰਹਿ ਜੀਓ, ਸਦਾ ਹਮੇਸ਼ਾ ਸੁਹੇਲਾ ਸੁਖੀ ਕਰ ਲਓ ਆਪਣੇ ਜੀ ਨੂੰ। ਕਿਉਂਕਿ ਜਦੋਂ ਰਸਨਾ ਤੋਂ ਗਲਤ ਗੱਲ ਬੋਲਣੀ ਨਹੀਂ, ਫਿਰ ਕਾਹਦੀ ਚਿੰਤਾ? ਲੋਕ ਵੇਖਿਆ ਬੋਲਣ ਲੱਗਿਆ ਧਿਆਨ ਨਹੀਂ ਦਿੰਦੇ, ਜੋ ਮੂੰਹੋਂ ਆਉਂਦਾ ਬੋਲ ਦਿੰਦੇ ਨੇ, ਫਿਰ ਸੌਰੀ ਸੌਰੀ ਕਰਦੇ ਫਿਰਦੇ ਨੇ, ਫਿਰ ਮਾਫੀਆਂ ਮੰਗਦੇ ਫਿਰਦੇ ਨੇ। ਜੇ ਪਹਿਲਾਂ ਹੀ ਆਪਣੇ ਆਪ 'ਤੇ ਕੰਟਰੋਲ ਕਰ ਲਓ, ਉਸ ਸਤ ਮਨ ਮੈਂ ਕਨਕਾਰ ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਰਹੇ ਜੀਓ। ਨੈਣੋ ਪੇਕ ਠਾਕੁਰ ਕਾ ਰੰਗ, ਅੱਖਾਂ ਪਰਮਾਤਮਾ ਨੇ ਵੇਖਣ ਲਈ ਦਿੱਤੀਆਂ ਨੇ, ਵੇਖੋ, ਪਰ ਠਾਕੁਰ ਦਾ ਰੰਗ ਵੇਖੋ, ਠਾਕੁਰ ਦੇ ਤਮਾਸ਼ੇ ਦੇਖੋ, ਉਹਦੇ ਕੀਤੇ ਕੰਮਾਂ ਨੂੰ ਦੇਖੋ। ਮੇਰੇ ਪਾਤਸ਼ਾਹ 'ਤੇ ਕਮਾਲ ਕਰਦੇ, ਕਹਿੰਦੇ ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ। ਇਹ ਸੰਸਾਰ ਬੜਾ ਵਚਿੱਤਰ ਚਿੱਤਰ ਹੈ, ਚਿੱਤਰ ਵਚਿੱਤਰ ਇਹ ਹੈ ਅਵਝੇਰਾ, ਤਜ ਚਿੱਤਰ ਹੈ ਚਿੱਤਰ ਆਖ ਚਤੇਰਾ। ਅਸੀਂ ਕਿਸੇ ਦੀ ਖੂਬਸੂਰਤੀ ਵੇਖ ਕੇ ਉਹਦੀ ਸਿਫਤ ਕਰਦੇ, ਪਰ ਜਿਹਨੇ ਖੂਬਸੂਰਤੀ ਦਿੱਤੀ ਉਹਦੀ ਸਿਫਤ ਨਹੀਂ ਕਰਦੇ। ਅਸੀਂ ਚਿੱਤਰ ਵੇਖ ਕੇ, ਤਸਵੀਰ ਵੇਖ ਕੇ ਕਹਿੰਦੇ ਵਾਹ 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 ਵਾਹ, ਬਈ ਇਹ ਤਾਂ ਠੀਕ ਹੈ, ਪਰ ਜਿਹਨੇ ਚਿੱਤਰ ਬਣਾਇਆ ਉਹਦੀ ਵਾਹ ਵਾਹ ਕਰੋ। ਨੈਣੋ ਪੇਕ ਠਾਕੁਰ ਕਾ ਰੰਗ, ਸਾਧ ਸੰਗ ਬਿਨਤੈ ਤੁਭ ਸੰਗ। ਗੁਰਮੁਖਾਂ ਦੀ ਸੰਗਤ ਕਰੋ, ਸਾਰੇ ਸੰਗ ਛੁੱਟ ਜਾਣਗੇ। ਇਹ ਮੋਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿੰਨੇ ਵਿਕਾਰ ਨੇ, ਸਾਰਿਆਂ ਵੱਲੋਂ ਧਿਆਨ ਹਟ ਜਾਏ। ਸਾਧ ਸੰਗ ਬਿਨਤੈ ਤੁਭ ਸੰਗ, ਚਰਨ ਚਲੋ ਮਾਰਗ ਗੋਬਿੰਦ। ਪੈਰ ਦਿੱਤੇ ਨੇ ਪਰਮਾਤਮਾ ਨੇ, ਤੁਰੋ, ਤੁਰ ਨਹੀਂ ਦਿੱਤੇ ਨੇ, ਪਰ ਮਾਰਗ ਗੋਬਿੰਦ, ਮਾਰਗ ਦੇ ਗੱਗੇ ਨੂੰ ਸਿਹਾਰੀ ਹੈ, ਗੋਬਿੰਦ ਦੇ ਮਾਰਗ 'ਤੇ ਚੱਲੋ। ਗੁਰਦੇਵ ਤੇ ਬਾਣੀ ਵਿੱਚ ਇਤਨਾ ਕੁਛ ਸਮਝਾ ਰਹੇ ਨੇ। ਭਾਈ ਪਾਮ ਸੁਹਾਵੇ ਜਾਂ ਤੋ ਧਿਰ ਜੁਲਦੇ, ਸੀਸ ਸੁਹਾਵਾ ਚਰਣੀ ਮੁੱਖ ਸੁਹਾਵਾ, ਜਾਂ ਤੋ ਜਸ ਗਾਵੇ ਜੀਓ ਪਿਆ ਤੋ ਸਰਣੀ। ਇਹ ਪੈਰ ਤਾਂ ਸੋਹਣੇ ਲੱਗਣਗੇ, ਇਹ ਸ਼ਰਾਬ ਖਾਨੇ ਵੱਲ ਨਾ ਜਾਣ, ਇਹ ਜੂਏ ਖਾਨੇ ਵੱਲ ਨਾ ਜਾਣ, ਇਹ ਵਾਹਿਗੁਰੂ ਦੇ ਘਰ ਵੱਲ ਚੱਲਣ। ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਹਰ ਬਿੰਦ, ਬਿੰਦ ਸ਼ਬਦ ਕਈ ਇਲਾਕਿਆਂ 'ਚ ਵਰਤਿਆ, ਬਿੰਦਕ ਬੈਠ ਜਾਓ ਜੀ, ਬਿੰਦਕ ਬੈਠ ਜਾਓ ਜੀ, ਬਿੰਦ ਥੋੜ੍ਹੇ ਸਮੇਂ ਲਈ, ਥੋੜ੍ਹੇ ਸਮੇਂ ਲਈ ਵੀ ਜੇ ਪਰਮਾਤਮਾ ਦਾ ਨਾਮ ਜਪਾਂਗੇ। ਮਿਟੈ ਪਾਪ ਜਪੀਐ ਹਰ ਬਿੰਦ, ਮੈਨੂੰ ਪ੍ਰਮਾਣ ਯਾਦ ਆ ਰਿਹਾ ਸੀ, ਮੇਰੇ ਪਾਤਸ਼ਾਹ 'ਤੇ ਰੋਜ਼ ਕਹਿੰਦੇ, ਘੋਰ ਦੁੱਖਿਅੰਗ ਅਨਕ ਹੱਤਿਅੰਗ ਮਹਾਂਵਿਖਿਆਦੰਗ, ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ਼ਟ ਭਸਮੰਗ ਕਰੋ। ਹਜ਼ਾਰਾਂ ਮਨ ਲੱਕੜ ਦਾ ਢੇਰ ਲੱਗਾ ਹੋਵੇ, ਉਹਨੂੰ ਸਾੜਨ ਦੀ ਕਿੰਨੀ ਅੱਗ ਚਾਹੀਦੀ? ਤੁਸੀਂ ਕਹਿੰਦੇ ਜੀ ਬਸ ਚਿੰਗਾਰੀ ਚਾਹੀਦੀ, ਤੀਲੀ ਇੱਕ ਲੱਗਣੀ ਚਾਹੀਦੀ। ਇਸੇ ਤਰ੍ਹਾਂ ਮੇਰੇ ਪਾਤਸ਼ਾਹ ਕਹਿੰਦੇ, ਚਰਨ ਚਲੋ ਮਹਾਰ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸ਼੍ਰਮਣ ਹਰ ਕਥਾ। ਹੱਥਾਂ ਨਾਲ ਉਹ ਕੰਮ ਕਰੋ, ਸਾਡੀ ਹਾਲਤ ਤਾਂ ਇਹ ਹੋ ਗਈ ਹੈ, ਗੁਰੂ ਨੇ ਕਿਹਾ ਸੇਵਾ ਕਰੋ, ਅਸੀਂ ਆਪਣੇ ਜੂਠੇ ਭਾਂਡੇ ਜੂਠੇ ਕਰਕੇ ਧਰ ਦਿੰਦੇ ਹਾਂ, ਕੋਈ ਮਾਂਜੇ ਅਸੀਂ ਨਹੀਂ ਮਾਂਜਦੇ, ਅਸੀਂ ਇੰਨਾ ਵੀ ਨਹੀਂ ਕਰ ਸਕਦੇ। ਮਹਾਰਾਜ ਕਹਿੰਦੇ ਇਹਨਾਂ ਹੱਥਾਂ ਨਾਲ ਸੇਵਾ ਕਰੋ, ਕਰ ਹਰ ਕਰਮ ਸ਼੍ਰਮਣ ਹਰ ਕਥਾ। ਸ਼੍ਰਮਣ ਦੇ ਨਣੇ ਨੂੰ ਸਿਹਾਰੀ ਹੈ, ਕੰਨਾਂ ਦੇ ਨਾਲ ਹਰੀ ਦੀ ਕਥਾ ਸੁਣਨੀ ਕਰੋ,
ਹਰ ਦਰਗਾਹ ਨਾਨਕ ਊਜਲ ਮੱਥਾ। ਨਾਨਕ ਜੀ ਫਰਮਾਉਂਦੇ ਨੇ ਐਸਾ ਕਰਨ ਦੇ ਨਾਲ ਹਰੀ ਦੀ ਦਰਗਾਹ ਵਿੱਚ ਮੱਥਾ ਉਜਲਾ ਹੋ ਜਾਏ। ਬਡਭਾਗੀ ਤੇਜ ਅਨ ਜਗ ਮਾਹੀ। ਬਡਭਾਗੀ ਉਹ ਵੱਡੇ ਭਾਗਾਂ ਵਾਲੇ ਹਨ। ਇਹ ਅੱਖਰ ਦੋ ਰੂਪਾਂ ਵਿੱਚ ਗੁਰਬਾਣੀ 'ਚ ਆਉਂਦਾ, ਬਡਭਾਗੀ ਵੀ ਆਉਂਦਾ, ਬਡਭਾਗੀ ਵੀ ਆਉਂਦਾ। ਤੋ ਜਿੱਥੇ ਵੱਡੇ ਭਾਗਾਂ ਵਾਲੇ ਦੀ ਗੱਲ ਹੈ ਉੱਥੇ ਬਡਭਾਗੀ ਹੈ, ਜਿੱਥੇ ਵੱਡੇ ਭਾਗਾਂ ਕਰਕੇ ਹੈ ਉੱਥੇ ਬਡਭਾਗੀ ਹੈ। ਬਡਭਾਗੀ ਤੇ ਜਨ ਜਗ ਮਾਹੀ, ਉਹ ਜਨ ਜਗਤ ਵਿੱਚ ਵੱਡੇ ਭਾਗਾਂ ਵਾਲੇ, ਸਦਾ ਸਦਾ ਹਰ ਕੇ ਗੁਣ ਗਾਏ, ਜਿਹੜੇ ਹਰ ਵੇਲੇ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਵਾਹਿਗੁਰੂ ਦੇ ਗੁਣ ਗਾਉਂਦੇ। ਰਾਮ ਨਾਮ ਜੋ ਕਰੇ ਵਿਚਾਰ, ਜਿਹੜੇ ਪਰਮਾਤਮਾ ਦੇ ਨਾਮ ਦੀ ਵਿਚਾਰ ਕਰਦੇ। ਸੇ ਧਨਵੰਤ ਗਨੀ ਸੰਸਾਰ, ਉਹ ਸੰਸਾਰ ਦੇ ਵਿੱਚ ਧਨੀ ਹਨ, ਗਨੀ ਹਨ। ਗਨੀ ਦੇ ਅਰਥ ਕਈ ਵਿਦਵਾਨ ਗਿਣਤੀ ਵੀ ਕਰਦੇ ਨੇ, ਗਿਣੇ ਜਾਂਦੇ ਨੇ, ਪਰ ਨਹੀਂ, ਗਨੀ ਸ਼ਬਦ ਵੀ ਅਮੀਰ ਲਈ ਵਰਤਿਆ ਜਾਂਦਾ। ਸੇ ਧਨਵੰਤ ਗਨੀ ਸੰਸਾਰ, ਇਹ ਗਨੀ ਫਾਰਸੀ ਦਾ ਸ਼ਬਦ, ਉਹ ਬੜੇ ਅਮੀਰ ਹਨ ਜਿਹੜੇ ਹਰ ਵੇਲੇ ਪਰਮਾਤਮਾ ਦੇ ਨਾਮ ਦੀ ਵਿਚਾਰ ਕਰਦੇ ਨੇ। ਮਨ ਤਨ ਮੁੱਖ ਬੋਲੇ ਹਰ ਮੁਖੀ। ਹੁਣ ਦੇਖੋ ਇੱਥੇ ਮਨ ਦੇ ਨੰਨੇ ਨੂੰ ਸਿਆਰੀ ਹੈ, ਤਨ ਦੇ ਨੰਨੇ ਨੂੰ ਸਿਆਰੀ ਹੈ, ਮੁੱਖ ਦੇ ਖੱਖੇ ਨੂੰ ਸਿਆਰੀ। ਮਨ ਕਰਕੇ ਤਨ ਕਰਕੇ ਮੂੰਹ ਦੇ ਨਾਲ ਜੋ ਬੋਲਦੇ ਹਨ ਉਸ ਪਰਮਾਤਮਾ ਦਾ ਨਾਮ ਸਦਾ ਸਦਾ ਜਾਣੋ ਤੇ ਸੁਖੀ। ਉਹਨਾਂ ਨੂੰ ਸਦਾ ਸੁਖੀ ਜਾਣਨਾ ਕਰੋ। ਏਕੋ ਏਕ ਏਕ ਪਛਾਣੇ, ਜਿਹੜੇ ਉਹ ਪਰਮਾਤਮਾ ਨੂੰ ਇੱਕ ਰੂਪ ਕਰਕੇ ਸਭ ਜਗ੍ਹਾ ਪਛਾਣਦੇ ਨੇ, ਜਾਣਦੇ ਨੇ, ਮੰਨਦੇ ਨੇ। ਇੱਥੇ ਉੱਤੇ ਕੀ ਉਹ ਸੋਝੀ ਜਾਣੇ, ਉਹਨਾਂ ਨੂੰ ਇੱਥੇ ਅਤੇ ਉੱਥੇ ਦੀ ਸਾਰੀ ਸਮਝ ਆ ਜਾਂਦੀ। ਨਾਮ ਸੰਗ ਜਿਸ ਕਾ ਮਨ ਮਾਨੇ ਆ, ਜਿਨ੍ਹਾਂ ਦਾ ਮਨ ਨਾਮ ਦੇ ਨਾਲ ਮੰਨ ਜਾਂਦਾ ਹੈ, ਨਾਨਕ ਤਿਨੇ ਨਿਰੰਜਨ ਜਾਣੇ ਆ। ਨਾਨਕ ਜੀ ਫਰਮਾਉਂਦੇ ਨੇ ਉਹਨਾਂ ਨੇ ਉਸ ਮਾਇਆ ਤੋਂ ਨਿਰਲੇਪ ਪਰਮਾਤਮਾ ਨੂੰ ਜਾਣ ਲਿਆ, ਅਤੇ ਗੁਰਪ੍ਰਸਾਦ ਆਪਣਾ ਆਪ ਸੁਝੈ। ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੂੰ ਆਪਣੇ ਆਪ ਦੀ ਸਮਝ ਆ ਜਾਂਦੀ, ਜਿਹੜੇ ਆਪਣੇ ਮੂਲ ਨੂੰ ਪਛਾਣ ਲੈਂਦੇ ਨੇ, ਜਿਸ ਕੀ ਜਾਣੋ ਤ੍ਰਿਸ਼ਨਾ ਬੁਝੈ, ਉਹਦੀਆਂ ਸਭ ਤ੍ਰਿਸ਼ਨਾ ਮੁੱਕ ਜਾਂਦੀ। ਸਾਧ ਸੰਗ ਹਰ ਹਰ ਜਸ ਕਹਿਤ, ਜਿਹੜੇ ਗੁਰੂ ਦੀ ਸੰਗਤ 'ਚ ਬਹਿ ਕੇ ਹਰੀ ਦਾ ਜਸ ਕਹਿੰਦੇ ਨੇ, ਸਰਵ ਰੋਗ 'ਤੇ ਉਹ ਹਰ ਜਨ ਰਹਿਤ। ਉਹ ਹਰੀ ਦੇ ਸੇਵਕ ਸਾਰੇ ਰੋਗਾਂ ਤੋਂ ਰਹਿਤ ਹੋ ਜਾਂਦੇ। ਤਾਂ 'ਤੇ ਕੀ ਕਰੋ ਭਾਈ, ਅਨ ਦਿਨ ਕੀਰਤਨ ਕੇਵਲ ਬਖਿਆਨ। ਅਨ ਦਿਨ ਹਰ ਰੋਜ਼ ਪਰਮਾਤਮਾ ਦੀ ਕੀਰਤੀ ਕਰੋ, ਕੇਵਲ ਬਖਿਆਨ ਉਸਦੀ ਚਰਚਾ ਕਰੋ, ਅਤੇ ਗ੍ਰਸਤ ਮੈਂ ਸੋਈ ਨਿਰਵਾਣ। ਜਿਹੜਾ ਬੰਦਾ ਇਹ ਕੰਮ ਰੋਜ਼ ਕਰਦਾ ਉਹ ਗ੍ਰਸਤ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਹੈ। ਏਕ ਉੱਪਰ ਜਿਸ ਜਨ ਕੀ ਆਸਾ, ਜਿਸ ਬੰਦੇ ਦੀ ਆਸਾ ਉਮੀਦ ਇੱਕ ਪਰਮਾਤਮਾ 'ਤੇ, ਜਿਸ ਕੀ ਕਟੀਐ ਜਮ ਕੀ ਫਾਂਸਾ। ਲਿਖਿਆ ਫਾਸਾ ਹੈ, ਪਰ ਫਾਸੇ ਦਾ ਮਤਲਬ ਫਸਿਆ ਹੋਇਆ, ਫਾਂਸਾ ਦਾ ਮਤਲਬ ਫਾਈ। ਏਕ ਉੱਪਰ ਜਿਸ ਜਨ ਕੀ ਆਸਾ, ਜਿਸ ਕੀ ਕਟੀਐ ਜਮ ਕੀ ਫਾਂਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੈ ਨਾ ਲਾਗੈ ਦੁੱਖ। ਜਿਸਦੇ ਹਿਰਦੇ ਵਿੱਚ ਪਰਮਾਤਮਾ ਨੂੰ ਮਿਲਣ ਦੀ ਭੁੱਖ, ਤਾਂਘ, ਇੱਛਾ, ਜਿਹਦਾ ਧਿਆਨ ਹੋਰ ਕਿਸੇ ਪਾਸੇ ਹੈ ਹੀ ਨਹੀਂ, ਨਾਨਕ ਜੀ ਫਰਮਾਉਂਦੇ ਨੇ ਉਹਨੂੰ ਕੋਈ ਦੁੱਖ ਚੰਬੜ ਨਹੀਂ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।